1 ਜੂਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਦੋਂ ਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੋਵੇਂ ਪਾਰਟੀਆਂ ਨੇ, ਪਹਿਲਾਂ ਅਕਾਲੀ ਦਲ ਨੇ ਅਤੇ ਹੁਣ ਕਾਂਗਰਸ ਨੇ, ਉਹਨਾਂ ਨੂੰ ਭੰਬਲ ਭੁੱਸੇ ਦੇ ਵਿੱਚ ਪਾ ਰੱਖਿਆ, ਘੁੰਮਣ ਘੇਰੀਆਂ ਦੇ ਵਿੱਚ ਪਾ ਰੱਖਿਆ। ਦੋਨੋਂ ਪਾਰਟੀਆਂ ਨੇ ਅਤੇ ਦੋਨੋਂ ਪਰਿਵਾਰ ਨੇ, ਜਿਹੜੇ ਕੈਪਟਨ ਪਰਿਵਾਰ ਔਰ ਬਾਦਲ ਪਰਿਵਾਰ, ਆਪਸ ਦੇ ਵਿੱਚ ਮਿਲੇ ਹੋਏ ਨੇ। ਇਹਨਾਂ 5 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਬਾਦਲ ਪਰਿਵਾਰ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦੇਣੀ ਹੈਗੀ, ਚਾਹੇ ਉਹ ਦੋਸ਼ੀ ਹੈ ਜਾਂ ਚਾਹੇ ਨਹੀਂ ਹੈ। ਜਿਵੇਂ ਅੱਜ ਤੱਕ 84 ਦੇ ਉੱਪਰ ਸਿਰਫ ਸਿਆਸਤ ਹੋਈ ਹੈ, ਜਿਵੇਂ ਅੱਜ ਤੱਕ ਪੰਜਾਬ ਦੇ ਪਾਣੀਆਂ ਦੇ ਉੱਪਰ ਸਿਰਫ ਸਿਆਸਤ ਹੋਈ ਹੈ, ਜਿਵੇਂ ਅੱਜ ਤੱਕ ਚੰਡੀਗੜ੍ਹ ਦੇ ਉੱਪਰ ਸਿਰਫ ਸਿਆਸਤ ਹੋਈ ਹੈ, ਜਿਵੇਂ ਅੱਜ ਤੱਕ ਪੰਜਾਬੀ ਬੋਲਦੇ ਇਲਾਕਿਆਂ ਦੇ ਉੱਪਰ ਸਿਰਫ ਸਿਆਸਤ ਹੋਈ ਹੈ। ਸੋ ਇਹ ਕੁਝ ਇਹੋ ਜਿਹੇ ਇਸ਼ੂਜ਼ ਨੇ ਜਿਹੜਾ ਇਹਨਾਂ, ਕੋਈ ਅਕਾਲੀ ਦਲ ਨੇ, ਕੋਈ ਕਾਂਗਰਸ ਨੇ, ਕੋਈ ਬੀਜੇਪੀ ਨੇ, ਇਹਨਾਂ ਪਾਰਟੀਆਂ ਨੇ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਕਾਂਗਰਸ ਨੇ, ਇਹਨਾਂ ਦੋਨੋਂ ਪਾਰਟੀਆਂ ਨੇ ਇਹਨਾਂ ਨੂੰ ਜ਼ਿੰਦਾ ਰੱਖਿਆ ਹੋਇਆ, ਵੈਂਟੀਲੇਟਰ ਦੇ ਉੱਪਰ ਰੱਖਿਆ ਹੋਇਆ, ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਕੱਢ ਲੈਂਦੇ ਨੇ। ਪੰਜਾਬ ਨੂੰ ਨੰਬਰ 1 ਸੂਬਾ ਨਹੀਂ ਬਣਾ ਦਿੰਦਾ ਹੈਗਾ ਉਦੋਂ ਤੱਕ ਮੈਂ ਸਿਆਸਤ ਨਹੀਂ ਛੱਡੂੰਗਾ। ਮੈਂ ਇਹਦੇ ਬਾਰੇ ਇਹ ਕਹਿਣਾ ਚਾਹੂੰਗਾ ਕਿ ਕੈਪਟਨ ਸਾਹਿਬ, ਜਦੋਂ ਤੱਕ ਤੁਸੀਂ ਸਿਆਸਤ ਨਹੀਂ ਛੱਡੋਗੇ ਉਦੋਂ ਤੱਕ ਪੰਜਾਬ ਨੇ ਨੰਬਰ 1 ਸੂਬਾ ਨਹੀਂ ਬਣਨਾ ਹੈ। ਦੇਸ਼ ਵਿੱਚ ਚੋਣ ਅਤੇ ਪੰਜਾਬ ਦੇ ਵਿੱਚ 4 ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਇਹਨਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ, ਆਮ ਆਦਮੀ ਪਾਰਟੀ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ, ਅਕਾਲੀ ਦਲ ਵੀ ਇਸ ਵਕਤ ਆਪਣੇ ਵੱਲੋਂ ਉਮੀਦਵਾਰ ਐਲਾਨ ਰਿਹਾ, ਕਾਂਗਰਸ ਨੇ 40 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਨੇ। ਇਸ ਜਦੋਂ ਸਿਆਸੀ ਮਾਹੌਲ ਪੈਦਾ ਹੁੰਦਾ ਤਾਂ ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਕੁਝ ਜਿਹੜੇ ਸੰਜੀਦਾ ਮੁੱਦੇ ਨੇ ਉਹਨਾਂ 'ਤੇ ਵੀ ਸਿਆਸਤ ਹੋ ਰਹੀ ਹੈ, ਬਾਰ ਬਾਰ ਸਿਆਸਤ ਹੋ ਰਹੀ ਹੈ। ਬਰਗਾੜੀ ਵਰਗੇ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਇੱਕ ਵਾਰ ਫਿਰ ਉਸ ਮੁੱਦੇ ਨੂੰ ਲੈ ਕੇ ਜਿੱਥੇ ਹੁਣ ਤੱਕ ਨਤੀਜੇ ਨਿਕਲ ਜਾਣੇ ਚਾਹੀਦੇ ਸੀ, ਸਿਆਸਤ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇੱਕ ਅਜਿਹਾ ਬਿਆਨ ਸਾਹਮਣੇ ਆਉਂਦਾ ਜਿਸ ਨੂੰ ਲੈ ਕੇ ਕਈ ਸਵਾਲ ਜਿਹੜੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਗੂੰਜ ਰਹੇ ਨੇ। ਇਸ ਵਕਤ ਸਾਡੇ ਨਾਲ ਅਮਨ ਅਰੋੜਾ ਨੇ, ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਦੇਖਦੇ ਨੇ। ਸਰ, ਬਰਗਾੜੀ ਦਾ ਮੁੱਦਾ ਜਿਹੜਾ ਸੈਂਸਿਟਿਵ ਆ, ਹੁਣ ਤੱਕ ਇਹਦਾ ਨਤੀਜਾ ਕੋਈ ਨਾ ਕੋਈ ਨਿਕਲ ਜਾਣਾ ਚਾਹੀਦਾ ਸੀ, ਪਰ ਇੱਕ ਵਾਰ ਫਿਰ ਅਜਿਹਾ ਬਿਆਨ ਆਉਂਦਾ ਕਿ ਕਿਤੇ ਨਾ ਕਿਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ, ਉਸ ਤੋਂ ਬਾਅਦ ਫਿਰ ਇਹ ਬਿਆਨ ਆਉਂਦਾ ਵੀ ਉਸ ਜਿਹੜੀ ਗੱਲ ਕਹੀ ਗਈ ਸੀ ਉਸਦਾ ਗਲਤ ਮਤਲਬ ਕੱਢਿਆ ਗਿਆ, ਕਿੱਦਾਂ ਦੇਖੀਏ? ਦੇਖੋ, ਪਿਛਲੇ 4.25 ਸਾਲਾਂ ਜਦੋਂ ਦਾ 1 ਜੂਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਦੋਂ ਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੋਵੇਂ ਪਾਰਟੀਆਂ ਨੇ, ਪਹਿਲਾਂ ਅਕਾਲੀ ਦਲ ਨੇ ਅਤੇ ਹੁਣ ਕਾਂਗਰਸ ਨੇ, ਉਹਨਾਂ ਨੂੰ ਭੰਬਲ ਭੁੱਸੇ ਦੇ ਵਿੱਚ ਪਾ ਰੱਖਿਆ, ਘੁੰਮਣ ਘੇਰੀਆਂ ਦੇ ਵਿੱਚ ਪਾ ਰੱਖਿਆ। ਕਿੰਨੀਆਂ FIR ਹੋ ਚੁੱਕੀਆਂ, ਸਿਟਸ ਬਣ ਚੁੱਕੀਆਂ, CBI ਇਨਵੈਸਟੀਗੇਸ਼ਨ ਹੋ ਚੁੱਕੀ, 2 ਜੁਡੀਸ਼ੀਅਲ ਕਮਿਸ਼ਨ ਬਣ ਚੁੱਕੇ, ਪਰ ਪਤਨਾਲਾ ਉੱਥੇ ਦਾ ਉੱਥੇ ਹੈ। ਅਸੀਂ ਪਹਿਲੇ ਦਿਨ ਤੋਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਰਹੇ ਹਾਂ ਕਿ ਇਹ ਦੋਨੋਂ ਪਾਰਟੀਆਂ ਨੇ ਅਤੇ ਦੋਨੋਂ ਪਰਿਵਾਰ ਨੇ, ਜਿਹੜੇ ਕੈਪਟਨ ਪਰਿਵਾਰ ਔਰ ਬਾਦਲ ਪਰਿਵਾਰ, ਇਹ ਆਪਸ ਦੇ ਵਿੱਚ ਮਿਲੇ ਹੋਏ ਨੇ। ਜਿਸ ਤਰੀਕੇ ਦੇ ਨਾਲ ਇਲੈਕਸ਼ਨਾਂ ਤੋਂ ਪਹਿਲਾਂ ਬਾਦਲ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਸੀਗੀ, ਉਸੇ ਤਰੀਕੇ ਦੇ ਨਾਲ ਇਹਨਾਂ 5 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਬਾਦਲ ਪਰਿਵਾਰ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦੇਣੀ ਹੈਗੀ, ਚਾਹੇ ਉਹ ਦੋਸ਼ੀ ਹੈ ਜਾਂ ਚਾਹੇ ਨਹੀਂ ਹੈ। ਹੁਣ ਜਦੋਂ ਇਨਵੈਸਟੀਗੇਸ਼ਨਸ ਇਹ ਚੱਲ ਰਹੀਆਂ ਨੇ, ਜਾਂਚ ਚੱਲ ਰਹੀਆਂ ਨੇ, ਕੈਪਟਨ ਅਮਰਿੰਦਰ ਸਿੰਘ ਆਪ ਵਾਰ ਵਾਰ ਕਹਿੰਦੇ ਨੇ ਕਿ ਜਾਂਚ ਹੈ ਜਿਹੜੀ ਉਹ ਚੱਲ ਰਹੀ ਹੈ, ਦੁੱਧ ਦੁੱਧ ਪਾਣੀ ਦਾ ਪਾਣੀ ਹੋ ਕੇ ਰਹੇਗਾ, ਅਤੇ ਫਿਰ ਜਾਂਚ ਤੋਂ ਪਹਿਲਾਂ ਹੀ ਕਿਵੇਂ ਉਹ ਕਲੀਨ ਚਿੱਟ ਦੇ ਸਕਦੇ ਨੇ ਕਿ ਕੌਣ ਉਹਦੇ ਵਿੱਚ ਸ਼ਾਮਿਲ ਸੀ ਜਾਂ ਨਹੀਂ ਸੀ, ਕੌਣ ਦੋਸ਼ੀ ਹੈ ਜਾਂ ਨਹੀਂ ਹੈ, ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ। ਇਨਵੈਸਟੀਗੇਸ਼ਨ ਦੇ ਵਿੱਚ ਕੁਝ ਨਿਕਲ ਕੇ ਆਵੇ ਤਾਂ ਮੰਨਿਆ ਜਾਵੇ। ਮੈਂ ਸਮਝਦਾ ਕਿ ਜਿਹੜਾ ਸੱਚ ਉਹਨਾਂ ਦੇ ਆਪਣੇ ਆਪ ਮੁਹਾਰੇ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲ ਗਿਆ, ਉਸ ਚੀਜ਼ ਤੋਂ ਹੁਣ ਨੂੰ ਕਵਰ ਕਰਨ ਦੇ ਲਈ ਉਹਨਾਂ ਦੇ ਜਿਹੜੇ ਸਪਸ਼ਟੀਕਰਨ ਨੇ ਅਤੇ ਗੋਲ ਗੋਲ ਗੱਲਾਂ ਨੇ ਜਿਹੜੀਆਂ, ਜਵਾਬ ਨੇ ਜਿਹੜੇ ਉਹ ਆ ਰਹੇ ਨੇ, ਹੁਣ PCC ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵੀ ਉਹਨੂੰ ਉਹਦਾ ਖੰਡਨ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਕਿ ਲੋਕ ਸਮਝ ਚੁੱਕੇ ਨੇ ਕਿ ਉਹਨਾਂ ਨੂੰ ਪੂਰੇ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ, ਉਹਨਾਂ ਨੂੰ ਛਿੱਕੇ ਟੰਗ ਕੇ, ਉਹਨਾਂ ਦੇ ਨਾਲ ਧੋਖੇ ਤੋਂ ਇਲਾਵਾ ਹੋਰ ਕੁਛ ਨਹੀਂ ਹੋ ਰਿਹਾ ਹੈਗਾ। ਅਮਨ ਜੀ, ਬੜਾ ਅਹਿਮ ਮੁੱਦਾ ਸੀਗਾ ਇਹ, ਜਦੋਂ 2015 ਤੋਂ ਲੈ ਕੇ ਲਗਾਤਾਰ ਖਬਰਾਂ ਚੱਲ ਰਹੀਆਂ ਨੇ, ਕਿਹਾ ਜਾ ਰਿਹਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਹੁਣ ਆਪਾਂ ਵੀ ਇਹਨਾਂ ਖਬਰਾਂ ਦੇ ਨਾਲ ਵਾਹ ਵਾਸਤਾ ਰੱਖਿਆ ਸਾਰਾ, ਕਿ 2 ਜੁਡੀਸ਼ੀਅਲ ਕਮਿਸ਼ਨ ਬਣ ਗਏ, ਲਗਾਤਾਰ ਸਿੱਟ ਵੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਆ, ਕੀ ਲੱਗਦਾ ਕਿ ਸਿਆਸੀ ਮੁੱਦਾ ਬਣਾ ਕੇ ਰੱਖਿਆ ਜਾਊਗਾ ਇਹਨੂੰ, ਜਾਂ ਇਹਦਾ ਕੋਈ ਹੱਲ ਨਿਕਲਣ ਦੇ ਆਸਾਰ ਬਣ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ? ਪੰਜਾਬੀ, ਕਿਉਂਕਿ ਜਿਨ੍ਹਾਂ ਦੇ ਨਾਲ ਇਹ ਵਾਕਿਆ ਹੋਇਆ, ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਨੇ, ਉਹਨਾਂ ਦੇ ਜਿਨ੍ਹਾਂ ਦੇ ਹਿਰਦੇ ਵਲੂੰਦਰੇ ਗਏ ਨੇ, ਉਹ ਤਾਂ ਹਾਲੇ ਤੱਕ ਇਨਸਾਫ਼ ਦੀ ਭਾਲ ਕਰ ਰਹੇ ਨੇ, ਉਹਨਾਂ ਦੇ ਵਿੱਚ ਹਾਲੇ ਵੀ ਆਸ ਹੈਗੀ। ਤੁਹਾਨੂੰ ਲੱਗਦਾ ਕਿ ਉਹ ਆਸ ਪੂਰੀ ਹੋ ਗਈ ਆ? ਦੇਖੋ, ਆਸ ਦੇ ਉੱਪਰ ਦੁਨੀਆ ਕਾਇਮ ਹੈ, ਉਹਦੇ ਲਈ ਆਸ ਜ਼ਿੰਦਾ ਵੀ ਰੱਖਣੀ ਚਾਹੀਦੀ ਹੈ, ਉਹਦੇ ਲਈ ਲੜਾਈ ਵੀ ਲੜਦੇ ਰਹਿਣਾ ਚਾਹੀਦਾ, ਪਰ ਸਹੀ ਮਾਇਨੇ ਦੇ ਵਿੱਚ ਜੋ ਦਿਖ ਰਿਹਾ, ਕਿਉਂਕਿ ਤੁਸੀਂ ਉਹ ਕਹਿੰਦੇ ਨੇ ਵੀ ਪਿੰਡ ਦਾ ਪਤਾ ਉਹਦੇ ਗਹਾਰਿਆਂ ਤੋਂ, ਉਹਦੀ ਜੂਹ ਤੋਂ ਪਤਾ ਲੱਗ ਜਾਂਦਾ, ਇਹ ਮੁੱਦਾ ਉਹ ਮੁੱਦਾ
ਜਿਵੇਂ ਅੱਜ ਤੱਕ 84 ਦੇ ਉੱਪਰ ਸਿਰਫ ਸਿਆਸਤ ਹੋਈ ਹੈ, ਜਿਵੇਂ ਅੱਜ ਤੱਕ ਪੰਜਾਬ ਦੇ ਪਾਣੀਆਂ ਦੇ ਉੱਪਰ ਸਿਰਫ ਸਿਆਸਤ ਹੋਈ ਹੈ, ਜਿਵੇਂ ਅੱਜ ਤੱਕ ਚੰਡੀਗੜ੍ਹ ਦੇ ਉੱਪਰ ਸਿਰਫ ਸਿਆਸਤ ਹੋਈ ਹੈ, ਜਿਵੇਂ ਅੱਜ ਤੱਕ ਪੰਜਾਬੀ ਬੋਲਦੇ ਇਲਾਕਿਆਂ ਦੇ ਉੱਪਰ ਸਿਰਫ ਸਿਆਸਤ ਹੋਈ ਹੈ। ਸੋ ਇਹ ਕੁਛ ਇਹੋ ਜਿਹੇ ਇਸ਼ੂਜ਼ ਨੇ ਜਿਹੜਾ ਇਹਨਾਂ ਕੋਈ ਅਕਾਲੀ ਦਲ ਨੇ, ਕੋਈ ਕਾਂਗਰਸ ਨੇ, ਕੋਈ ਬੀਜੇਪੀ ਨੇ, ਇਹਨਾਂ ਪਾਰਟੀਆਂ ਨੇ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਕਾਂਗਰਸ ਨੇ, ਇਹਨਾਂ ਦੋਨੋਂ ਪਾਰਟੀਆਂ ਨੇ ਇਹਨਾਂ ਨੂੰ ਜ਼ਿੰਦਾ ਰੱਖਿਆ ਹੋਇਆ, ਵੈਂਟੀਲੇਟਰ ਦੇ ਉੱਪਰ ਰੱਖਿਆ ਹੋਇਆ। ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਕੱਢ ਲੈਂਦੇ ਨੇ, ਦਰਬਾਰ ਸਾਹਿਬ ਦੇ ਉੱਪਰ ਅਟੈਕ ਦੀ ਗੱਲ ਕਰ ਲਈਏ। ਸੋ ਇਹ ਮੁੱਦੇ ਅਜਿਹੇ ਨੇ ਕਿ ਇਲੈਕਸ਼ਨਾਂ ਵੇਲੇ ਬਾਹਰ ਆ ਜਾਂਦੇ ਨੇ, ਨਹੀਂ ਇਹਨਾਂ ਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖ ਦਿੰਦਾ। ਇਹਨਾਂ ਮੁੱਦਿਆਂ ਵਾਂਗੂ ਇਸ ਮੁੱਦੇ ਨੂੰ ਵੀ ਇਹਨਾਂ ਨੇ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇਕਣ ਦਾ ਜ਼ਰੀਆ ਉਹ ਬਣਾ ਲਿਆ। ਹੋਰ ਇਹ ਕਿਵੇਂ ਹੋ ਸਕਦਾ ਹੈ ਕਿ ਬਿਨਾਂ ਮੌਕੇ ਦੀਆਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਐਡਾ ਵੱਡਾ ਕੋਈ ਕਾਰਾਕਾਰਜ ਹੈ ਕਿ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਲੈ ਜੇ, 4 ਮਹੀਨੇ 5 ਮਹੀਨੇ ਪਤਾ ਨਾ ਲੱਗੇ ਅਤੇ ਮੁੜ ਕੇ ਫਿਰ ਦੁਬਾਰਾ ਬੇਅਦਬੀ ਹੋ ਜੇ, ਅਤੇ ਅੱਜ ਪਤਨਾਲਾ ਉੱਥੇ ਦਾ ਉੱਥੇ ਹੈ ਇੰਨੀਆਂ ਇਨਵੈਸਟੀਗੇਸ਼ਨਾਂ ਤੋਂ ਬਾਅਦ। ਸਰਕਾਰ ਜੇ ਚਾਹੇ ਤਾਂ ਇੱਕ ਪੰਛੀ ਵੀ ਖੰਭ ਨਹੀਂ ਮਾਰ ਸਕਦਾ ਹੈਗਾ, ਪੱਤਾ ਨਹੀਂ ਹਿੱਲ ਸਕਦਾ ਹੈਗਾ ਸਰਕਾਰ ਦੀ ਮਰਜ਼ੀ ਤੋਂ ਬਿਨਾਂ। ਸੋ ਇਸ ਕਰਕੇ ਇਹ ਸਿਰਫ ਔਰ ਸਿਰਫ ਇਹਨਾਂ ਲੋਕਾਂ ਲਈ ਪੋਲੀਟੀਕਲ ਇਸ਼ੂ ਹੈ, ਇਹ ਤੁਹਾਡੇ ਲਈ, ਮੇਰੇ ਲਈ, ਆਪਣੇ ਵਰਗੇ ਹੋਰ ਸੈਂਕੜੇ ਹਜ਼ਾਰਾਂ ਲੋਕਾਂ ਲਈ ਇਹ ਇੱਕ ਇਮੋਸ਼ਨਲ, ਇੱਕ ਧਾਰਮਿਕ ਇਸ਼ੂ ਹੋ ਸਕਦਾ ਹੈ, ਇਹਨਾਂ ਲਈ ਤਾਂ ਸਿਆਸੀ ਇਸ਼ੂ ਹੈ। ਹੁਣ ਜਦੋਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, 4 ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ, ਕੁਝ ਵਿਰੋਧ ਵੀ ਹੋ ਰਹੇ ਨੇ, ਉਹ ਆਪਣੇ ਵੱਲੋਂ ਕਹਿੰਦੇ ਨੇ ਕਿ ਸਾਡੇ ਅੰਦਰੂਨੀ ਵਿਰੋਧ ਨੇ, ਅਕਾਲੀ ਦਲ ਨੇ ਵੀ 1 ਸੀਟ 'ਤੇ ਉਮੀਦਵਾਰ ਐਲਾਨ ਕਰ ਦਿੱਤਾ। ਆਮ ਆਦਮੀ ਪਾਰਟੀ ਜਿਹੜੀ ਹਮੇਸ਼ਾ ਪਹਿਲਾਂ ਉਮੀਦਵਾਰ ਐਲਾਨਦੀ ਸੀ, ਇਸ ਵਾਰ ਪਿੱਛੇ ਰਹਿ ਗਈ ਹੈ। ਕੀ ਕਾਰਨ ਕੀ ਹੈ ਕਿ ਅੰਦਰੂਨੀ ਸਹਿਮਤੀ ਨਹੀਂ ਹੈਗੀ, ਕੋਈ ਅੰਦਰੂਨੀ ਗੱਲਾਂ ਬਾਤਾਂ ਨਹੀਂ ਸਹੀ ਹੋ ਰਹੀਆਂ, ਜਾਂ ਕੋਈ ਬੈਠਕਾਂ ਨਹੀਂ ਚੱਜਣਾ ਚੱਲ ਰਹੀਆਂ? ਕੀ ਕਾਰਨ ਰਿਹਾ ਕਿ ਇਸ ਵਾਰ ਉਮੀਦਵਾਰ ਐਲਾਨਣ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ? ਨਹੀਂ, ਇਹਦੇ 'ਚ ਤੁਹਾਡੀ ਗੱਲ ਠੀਕ ਹੈ ਕਿ ਅੱਗੇ ਜਿੱਥੇ ਕਾਂਗਰਸ ਹਮੇਸ਼ਾ ਪਿੱਛੇ ਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਐਲਾਨਣ ਦੇ ਵਿੱਚ ਸਭ ਤੋਂ ਅੱਗੇ ਹੁੰਦੀ ਹੈ, 'ਚ ਡੈਫੀਨੇਟਲੀ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਕਮੀ ਹੈ ਕਿ ਇੰਨਾ ਲੰਮਾ ਸਮਾਂ ਨਿਕਲ ਗਿਆ ਅਤੇ ਅੱਜ ਮਹੀਨਾ ਵੀ ਨਹੀਂ ਰਹਿ ਗਿਆ ਜੇ ਕੈਂਡੀਡੇਟ ਨਹੀਂ ਐਲਾਨੇ, ਪਰ ਮੈਂ ਸਮਝਦਾ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਐਲਾਨ ਦਿੱਤੇ ਜਾਣਗੇ ਇਹਦੇ ਬਾਰੇ ਬਿਹਤਰ। ਪਰ ਜਿਹੜੀ ਐਗਜੈਕਟ ਪੁਜ਼ੀਸ਼ਨ ਕੀ ਹੈ ਉਹ ਮਾਨ ਸਾਹਿਬ ਜਾਂ ਕੋਰ ਕਮੇਟੀ ਦੇ ਚੇਅਰਮੈਨ ਜਾਂ ਲੀਡਰ ਆਫ ਆਪੋਜੀਸ਼ਨ ਉਹ ਬਿਹਤਰ ਦੇ ਸਕਣਗੇ। ਕੋਰ ਕਮੇਟੀ ਤੋਂ ਤੁਸੀਂ ਵੀ ਮੈਂਬਰ ਹੋ, ਕੋਈ ਗੱਲਬਾਤ ਨਹੀਂ ਚੱਲ ਰਹੀ, ਕੀ ਕਾਰਨ ਕੀ ਮੰਨੀਏ? ਕਿਉਂਕਿ ਇਹ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਨੇ, ਅਸੀਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਕਿਤੇ ਨਾ ਕਿਤੇ ਤੁਸੀਂ ਦੱਸਿਆ ਸੀਗਾ ਉਦੋਂ ਵੀ ਕਿ ਕੁਝ ਜਿਹੜੀਆਂ ਬੈਠ ਕੇ ਗੱਲਾਂ ਹੋਣੀਆਂ ਚਾਹੀਦੀਆਂ ਨਹੀਂ ਹੋ ਰਹੀਆਂ, ਕੀ ਕਾਰਨ ਮੰਨੀਏ ਵੀ ਪਾਰਟੀ ਦੇ ਵਿੱਚ ਅੰਦਰੂਨੀ ਸਭ ਕੁਝ ਸਹੀ ਚੱਲ ਰਿਹਾ, ਕੋਰ ਕਮੇਟੀ ਦੀਆਂ ਬੈਠਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ, ਨਹੀਂ ਜਾ ਰਹੇ ਹੋ, ਕੀ ਕਾਰਨ ਹੈ? ਨਹੀਂ, ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸਭ ਸਹੀ ਨਹੀਂ ਚੱਲ ਰਿਹਾ ਹੈਗਾ, ਪਰ ਡੈਫੀਨੇਟਲੀ ਯੈਸ, ਇੱਕ 4 ਮੈਂਬਰਾਂ ਦੇ ਪਰਿਵਾਰ ਦੇ ਵਿੱਚ ਵੀ ਜਿਹੜਾ ਡਿਫਰੈਂਸ ਆਫ ਓਪੀਨੀਅਨ ਹੈ, ਜਿਹੜਾ ਆਪੋ ਆਪਣੀ ਸੋਚ, ਆਪਣਾ ਆਪਣਾ ਨਜ਼ਰੀਆ ਹੁੰਦਾ, ਆਪਣਾ ਆਪਣਾ ਕੰਮ ਕਰਨ ਦਾ ਸਟਾਈਲ ਹੁੰਦਾ ਹੈ। ਮੈਂ ਇਹ ਮੰਨ ਕੇ ਚੱਲਦਾ ਕਿ ਸਿਆਣਾ ਵਿਅਕਤੀ ਉਹੀ ਹੈ ਜਿਹੜਾ ਆਪਣੀਆਂ ਗਲਤੀਆਂ ਦੇ ਨਾਲ ਨਾਲ ਆਪਣੇ ਵਿਰੋਧੀਆਂ ਦੀਆਂ, ਆਪਣੇ ਦੁਸ਼ਮਣਾਂ ਦੀਆਂ ਗਲਤੀਆਂ ਤੋਂ ਵੀ ਸਿੱਖੇ। ਸਾਨੂੰ ਇਹ ਅੱਜ ਸਿੱਖਣ ਦੀ, ਸਮਝਣ ਦੀ, ਡਿਸਕਸ ਕਰਨ ਦੀ, ਇਹਦੇ ਆਤਮ ਚਿੰਤਨ ਮੰਥਨ ਕਰਨ ਦੀ ਲੋੜ ਹੈ, ਆਪਦੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਕਿਉਂ 2017 ਤੋਂ ਲੈ ਕੇ 2019 ਦੇ ਵਿੱਚ ਅਸੀਂ 36 ਲੱਖ ਵੋਟਾਂ ਤੋਂ 10 ਲੱਖ ਵੋਟਾਂ 'ਤੇ ਰਹਿ ਗਏ, 25% ਵੋਟ ਸ਼ੇਅਰ ਤੋਂ ਅਸੀਂ ਮਹਿਜ 7% ਵੋਟ ਸ਼ੇਅਰ 'ਤੇ ਰਹਿ ਗਏ, 117 ਦੇ ਵਿੱਚੋਂ ਅਸੀਂ, ਸਾਡੇ ਕੋਲ ਸਿਰਫ 9 ਜਿਹੜੀਆਂ ਸੰਗਰੂਰ ਵਾਲੀਆਂ ਸੀਟਾਂ ਨੇ ਉਹਨਾਂ ਦੀ ਅਸੀਂ ਜ਼ਮਾਨਤ ਬਚਾ ਸਕੇ, ਬਾਕੀ ਸੀਟਾਂ ਦੇ ਉੱਪਰ ਜ਼ਮਾਨਤ ਨਹੀਂ ਬਚਾ ਸਕੇ ਹੈਗੇ। ਇਹ ਚੀਜ਼ਾਂ ਜਦੋਂ ਤੱਕ ਅਸੀਂ ਬੈਠ ਕੇ ਨਹੀਂ ਡਿਸਕਸ ਕਰਾਂਗੇ ਤਾਂ ਕਮਜ਼ੋਰੀਆਂ ਦੂਰ ਕਿਵੇਂ ਹੋਣਗੀਆਂ? ਮੈਂ ਸਿਰਫ ਇੰਨਾ ਕਹਿਣਾ, ਪਰ ਉਹਦੇ ਉੱਪਰ ਹਜੇ ਤੱਕ ਅਨਫੋਰਚੁਨੇਟਲੀ ਹਜੇ ਤੱਕ ਡਿਸਕਸ਼ਨ ਨਹੀਂ ਹੋਈ ਹੈਗੀ। ਜੇ ਉਹ ਹੋਈ ਹੁੰਦੀ ਅਤੇ ਜਾਂ ਅੱਜ ਵੀ ਜੇ ਹੋ ਜਾਂਦੀ ਹੈ ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚਾਹੇ ਆਹ ਬਾਈ ਇਲੈਕਸ਼ਨਾਂ 'ਤੇ ਚਾਹੇ ਹੋਰ ਬਾਈ ਇਲੈਕਸ਼ਨਾਂ ਨੇ ਰਿਜ਼ਲਟ ਨੇ ਜਿਹੜੇ ਉਹ ਬਿਹਤਰ ਹੋ ਸਕਦੇ ਨੇ, ਇੰਪਰੂਵ ਕੀਤੇ ਜਾ ਸਕਦੇ ਨੇ। ਤੁਹਾਡਾ ਮਤਲਬ ਆ ਜਾਣੀ ਕਿ ਆਤਮ ਮੰਥ ਨਹੀਂ ਹੋਇਆ ਉਹਦਾ ਤੁਹਾਨੂੰ ਇਤਰਾਜ਼ ਹੈਗਾ ਹਾਲੇ? ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ, 2017 ਦੀ ਵਿਧਾਨ ਸਭਾ ਚੋਣਾਂ ਤੋਂ ਲੜਨ ਤੋਂ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਮੇਰੀ ਆਖਰੀ ਲੜਾਈ ਹੋਵੇਗੀ, ਚੁਣਾਵੀ ਲੜਾਈ ਹੋਵੇਗੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਇਹ ਬਿਆਨ ਦੇ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ 'ਚ ਚੋਣ ਲੜ ਸਕਦੇ ਨੇ, ਉਦੋਂ ਉਹਨਾਂ ਨੇ ਸੰਕੇਤ ਦਿੱਤੇ ਸੀ। ਹੁਣ ਇੱਕ ਵਾਰ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਜਦੋਂ ਤੱਕ ਪੰਜਾਬ ਬਿਹਤਰ ਨਹੀਂ ਬਣ ਸਕਦਾ, ਬਣ ਜਾਂਦਾ, ਉਦੋਂ ਤੱਕ ਮੈਂ ਇਹ ਜਿਹੜੀਆਂ ਚੋਣਾਂ ਦੀ ਲੜਾਈ ਆ ਜਾਂ ਜੋ ਮੈਂ ਜੰਗ ਲੜ ਰਿਹਾ ਉਹਨੂੰ ਮੈਂ ਨਹੀਂ ਛੱਡਾਂਗਾ। ਕਿੱਦਾਂ ਦੇਖੀ ਇਸ ਬਿਆਨ ਨੂੰ? ਦੇਖੋ, ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਹੀ ਗੱਲ ਤੋਂ ਮੁੱਕਰ ਜਾਣਾ, ਪਲਟ ਜਾਣਾ, ਇਹਦੇ ਬਾਰੇ, ਚਲੋ ਇਹਨਾਂ ਦਾ ਆਪਦਾ ਪਰਸਨਲ ਬਿਆਨ ਹੈ, ਪਰਸਨਲ ਸੋਚ ਹੈ, ਇਹਦੇ ਬਾਰੇ ਕਾਂਗਰਸ ਪਾਰਟੀ ਜੋ ਫੈਸਲਾ ਕਰੇ ਕਰੇ, ਪਰ ਮੈਂ ਡੈਫੀਨੇਟਲੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਮੈਂ ਜਦੋਂ ਤੱਕ ਪੰਜਾਬ ਨੂੰ ਨੰਬਰ 1 ਸੂਬਾ ਨਹੀਂ ਬਣਾ ਦਿੰਦਾ ਹੈਗਾ ਉਦੋਂ ਤੱਕ ਮੈਂ ਸਿਆਸਤ ਨਹੀਂ ਛੱਡੂੰਗਾ। ਮੈਂ ਇਹਦੇ ਬਾਰੇ ਇਹ ਕਹਿਣਾ ਚਾਹੂੰਗਾ ਕਿ ਕੈਪਟਨ ਸਾਹਿਬ, ਜਦੋਂ ਤੱਕ ਤੁਸੀਂ ਸਿਆਸਤ ਨਹੀਂ ਛੱਡੋਗੇ ਉਦੋਂ ਤੱਕ ਪੰਜਾਬ ਨੇ ਨੰਬਰ 1 ਸੂਬਾ ਨਹੀਂ ਬਣਨਾ ਹੈਗਾ। ਸੋ ਇਸ ਕਰਕੇ
चंगे ईमानदार साफ सुथरी नीयत और नीति वाले लोगों जोड़े उन्होंने अगे आने का मौका दो ताकि पंजाब जिहड़ा कि अज लुटिया पटिया पे पंजाब दी किसानी दम तोड़ रही है पंजाब का नौजवान है जिहड़ा उन्हों नौकरियों की बजाय घरे चिट्टे दी पुड़ियां सप्लाई हो रही ने इंडस्ट्री है वह खत्म हो चुकी है मुलाजम टेंकियां दे उपर चढ़े बैठे ने 2.5 लाख करोड़ का कर्जा ही पंजाब दे विच हो चुका है इनू दोबारा पंजाब बनाउण लई बहुत कुछ करना पैना पर इन्हां 2.5 सालों के अनफॉर्चुनेटली बदकिस्मती चल उही कुछ रहा है जो 10 साल अकाली दल दे चलता रहा है। सो सर अमन अरोड़ा साफ तौर पर कह रहे हैं कि बेअदबी के मुद्दे को सिर्फ सियासी मुद्दा बना के रखा गया जो कि चिंता का विषय है। दूजे पास आम आदमी पार्टी की जो गल करिए कह रहे हैं कि आत्मचिंतन की लड़ है जो हले तक पार्टी वालों नहीं किया गया जे हुण भी कर लिया जाए तो नतीजे बेहतर हो सकते हैं। तो तीजी गल कैप्टन अमरिंदर सिंह बारे दस रहे हैं कि साफ तौर पर कह रहे हैं कि कैप्टन अमरिंदर सिंह के बयान से जोड़े वो पलटे ने कि वह दोबारा चोन लड़ सकते हैं ज दोबारा पंजाब रह सकते हैं तो इसते एक वही गल कही है कि जिन्ना चक्कर वो सियासत नहीं छड़ते उन्ना चर पंजाब का भला नहीं होने वाला। फिलहाल ये जिहड़े मुद्दे ने की सियासी मुद्दे बन के रह जाएंगे कि आने वाले दिनों इन्हां दे नतीजे निकलेंगे ये चिंता का विषय भी है सोचण विचारण वाली भी गल है तो लोगों भी सोच विचार करने की गल है कि विधानसभा चोणां दे जिहड़ी जिमनी चोण होने वाली है उन्हां दे विच जाने की सोच विचार के ही अपने वालों वोट पाओ ता जो तुहानूं भविख दे विच जिहड़े मुद्दे जिहड़े ने जिन्हां दे हल होने चाहिए ने वो किते ना किते किसी नतीजे ते जरूर पहुँच जाण। सहयोगी जस्सी दे नाल हरदीप सिंह भोगल स्पोक्समैन टीवी चंडीगढ़।